ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ ਹਿੱਟ ਐਂਡ ਰਨ ਵਿੱਚ ਸੋਧ ਕਰਨ ਕਰਕੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦਾ ਸਿੱਧਾ ਸਿੱਧਾ ਅਸਰ ਪੈਟਰੋਲ ਪੰਪਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਹਨ ਖੰਨੇ ਦੀਆਂ, ਜਿੱਥੇ ਲੋਕਾਂ ਵੱਲੋਂ ਪੈਟਰੋਲ ਪੰਪਾਂ 'ਤੇ ਭੀੜ ਜਮ੍ਹਾਂ ਹੈ, ਕਿਉਂਕਿ ਇਹ ਹੜਤਾਲ 3 ਤਰੀਕ ਤੱਕ ਹੈ। ਇਸ ਲਈ ਲੋਕ ਰਾਤ ਤੋਂ ਹੀ ਲੰਮੀਆਂ ਕਤਾਰਾਂ ਵਿੱਚ ਤੇਲ ਭਰਵਾਉਣ ਲਈ ਖੜ੍ਹੇ ਹਨ, ਜਿਸ ਕਾਰਨ ਸੜਕਾਂ ਵੀ ਜਾਮ ਹੋ ਰਹੀਆਂ ਹਨ। ਤੁਸੀਂ ਵੇਖ ਰਹੇ ਹੋ ਖੰਨੇ ਤੋਂ ਰਾਜ ਮੈਨਰੋ ਦੀ ਰਿਪੋਰਟ। ਸੈਂਟਰਲ ਸਰਕਾਰ ਵੱਲੋਂ ਜੋ ਨਵੇਂ ਕਾਨੂੰਨ ਪਾਸ ਕੀਤੇ ਗਏ ਨੇ, ਉਸ ਨੂੰ ਲੈ ਕੇ ਟਰੱਕ ਡਰਾਈਵਰ ਜਿਹੜੇ ਨੇ ਹੜਤਾਲ 'ਤੇ ਚਲੇ ਗਏ ਨੇ, ਪੈਟਰੋਲ ਟਰੱਕ ਡਰਾਈਵਰ ਜਿਹੜੇ ਨੇ ਉਹ ਹੜਤਾਲ 'ਤੇ ਚਲੇ ਗਏ ਨੇ। ਔਰ ਜੇਕਰ ਗੱਲ ਖੰਨੇ ਪੈਟਰੋਲ ਪੰਪਾਂ ਦੀ ਗੱਲ ਕਰੀਏ ਤਾਂ ਪੈਟਰੋਲ ਪੰਪਾਂ ਦੇ ਉੱਪਰ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਨੇ। ਚਾਹੇ ਲੋਕਾਂ ਕੋਲ ਤੇਲ ਹਜੇ ਵਰਤਣ ਵਾਸਤੇ ਹੈ, ਪਰ ਫਿਰ ਵੀ ਇੱਕ ਡਰ ਹੈ ਲੋਕਾਂ ਦੇ, ਕਿਉਂਕਿ 3 ਤਰੀਕ ਤੱਕ ਜਿਹੜੀ ਹੈ ਇਹ ਹੜਤਾਲ ਦਾ ਸੱਦਾ ਦਿੱਤਾ ਗਿਆ। ਔਰ ਤੁਸੀਂ ਦੇਖ ਰਹੇ ਹੋ ਕਿ ਲੋਕ ਲਗਾਤਾਰ ਉਰੇ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਝਾਤ ਮਰਵਾ ਦਿਓ ਕਿ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਪੈਟਰੋਲ ਪੰਪ ਦੇ ਉੱਪਰ ਲੱਗੀਆਂ ਹੋਈਆਂ ਨੇ। ਅਤੇ ਤੁਸੀਂ ਦੇਖ ਰਹੇ ਹੋ ਕਿ ਚਾਰੇ ਪਾਸੇ ਰੋਡ ਜਿਹੜਾ ਹੈ ਇਹ ਚੰਡੀਗੜ੍ਹ ਰੋਡ ਹੈ, ਚੰਡੀਗੜ੍ਹ ਰੋਡ ਇਸ ਟਾਈਮ ਪੂਰੀ ਤੌਰ 'ਤੇ ਜਿਹੜਾ ਹੈ ਜਾਮ ਹੋ ਚੁੱਕਿਆ ਹੈ। ਲੋਕ ਪੈਟਰੋਲ ਪਵਾਉਣ ਵਾਸਤੇ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜ੍ਹੇ ਨੇ। ਲੋਕ ਕੋਈ ਆਪਣਾ ਜਿਹੜਾ ਹੈ ਇਹ ਸਮਾਂ ਅੱਜ ਇਸ ਟਾਈਮ ਕੰਮ ਦਾ ਸਮਾਂ, ਲੋਕ ਆਪਣੇ ਕੰਮਾਂ 'ਤੇ ਜਾ ਰਹੇ ਨੇ, ਪਰ ਤੇਲ ਪਰਵਾਨ ਦੀ ਉਹਦੇ ਵਿੱਚ ਜਿਹੜੀ ਹੈ ਪੈਟਰੋਲ ਪੰਪਾਂ ਦੇ ਉੱਪਰ ਲੋਕ ਪਹੁੰਚੇ ਹੋਏ ਨੇ। ਕੀ ਨਾਮ ਹੈ ਤੁਹਾਡਾ? ਮੇਰਾ ਜੀ ਮਨਪ੍ਰੀਤ ਸਿੰਘ ਜੀ। ਅੱਛਾ ਮਨਪ੍ਰੀਤ ਜੀ, ਮਾਲ ਲੱਦਿਆ ਹੋਇਆ? ਹਾਂਜੀ, ਮਾਲ ਲੱਦਿਆ ਹੋਇਆ ਜੀ, ਬਹੁਤ ਦਿੱਕਤ ਪਰੇਸ਼ਾਨੀ ਤਾਂ ਪਰੇਸ਼ਾਨ, ਇੰਨੀ ਠੰਡ ਪੈ ਰਹੀ ਹੈ ਜੀ। ਸਰਕਾਰ ਹੈ ਹੀ ਨਹੀਂ ਸੀ ਕਿ ਪਵਾਰੇ ਹੁਣ ਕਰਾ ਦੇ, ਹੈ ਹੀ ਨਹੀਂ ਗਾ ਜੀ, ਕਿੱਥੇ ਫਿਰ ਮੋਟਰਸਾਈਕਲ ਮੇਰਾ ਕੰਮ ਹੀ ਨਹੀਂ ਹੈਗਾ ਸਾਡਾ। ਹਾਂ ਤੁਸੀਂ ਦੇਖ ਲਓ ਕਿ ਦੱਸ ਰਹੇ ਨੇ ਕਿ ਕੰਮ ਜਿਹੜੇ ਨੇ ਇਹ ਪੈਟਰੋਲ ਦੇ ਨਾਲ ਹੀ ਚੱਲਦੇ ਨੇ। ਕਿਆ ਨਾਮ ਹੈ ਜੀ? ਸੁਮੀਰ ਜੀ। ਤੁਸੀਂ ਜਿਹੜਾ ਹੈ ਪੈਟਰੋਲ ਪਵਾਉਣ ਆਏ ਹੋ, ਕਿਆ ਕਿਆ ਕਾਰਨ ਹੈ, ਕੀ ਚੱਕਰ ਹੈ? ਕਹਿੰਦੇ 4 ਦਿਨ ਬੰਦ ਹੈ ਪੈਟਰੋਲ ਪੰਪ, ਤੇ ਹੁਣ ਪੈਟਰੋਲ ਪਵਾਉਣਾ ਹੀ ਪੈਣਾ ਪੈਟਰੋਲ ਤੋਂ ਬਿਨਾਂ। ਟੈਂਕੀ ਫੁੱਲ ਕਰਾਣਾ ਹੈ? ਟੈਂਕੀ ਪਹਿਲੇ ਕਰਾ ਲਈ, ਇੱਕ ਫੁੱਲ ਹੁਣ ਦੁਬਾਰਾ ਕਰਾ ਰਹੇ ਹਾਂ ਜੀ। ਦੁਬਾਰਾ ਕੀ ਫਿਰ ਫੁੱਲ ਕਰਾ ਰਹੇ? ਹਾਂਜੀ ਹਾਂਜੀ। ਅੱਛਾ ਕੀ ਲੱਗਦਾ ਕਿ ਜਿਹੜਾ ਸੈਂਟਰ ਸਰਕਾਰ ਵੱਲੋਂ ਇਹ ਕੀਤੀ ਗਈ ਹੈ, ਸਕੀਮ ਚਲਾਈ ਗਈ ਹੈ, ਗਲਤ ਹੈ ਸਹੀ ਹੈ? ਇਹ ਤਾਂ ਗਲਤ ਹੈ ਜੀ ਇਹ ਸਕੀਮ ਸਾਡੀ। ਤੇ ਜੇ ਡਰਾਈਵਰ ਜਿਹੜੇ ਟਰੱਕ ਡਰਾਈਵਰ ਇੱਕ ਪਾਸੇ ਦਾ ਹੜਤਾਲ ਤੇ ਬੈਠੇ ਨੇ, ਤੁਸੀਂ ਬਸੇ ਪਬਲਿਕ ਕੰਮ ਦਾ ਸਮਾਂ ਤੁਸੀਂ ਇਸ ਟਾਈਮ ਲੈਣਾ? ਹਾਂ, ਪਬਲਿਕ ਪਰੇਸ਼ਾਨ ਹੋ ਰਹੀ ਹੈ, ਹੋਰ ਕੀ ਹੋ ਰਿਹਾ ਜੀ। ਰਾਤ ਨੂੰ ਦੱਸਿਆ ਤੁਸੀਂ, ਜੇ ਪਹਿਲੇ ਕੱਲ ਪਤਾ ਹੁੰਦਾ ਸਵੇਰੇ ਪਵਾ ਲੈਂਦੇ, ਹੁਣ ਸਵੇਰ ਦੇ ਲੱਗੇ ਹੋਏ ਲੈਣਾ 'ਚ 2 ਘੰਟੇ ਹੋ ਗਏ ਪਹਿਲੇ। ਹਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਕਹਿ ਰਹੇ ਕਿ ਜੇਕਰ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਉਹ ਲਾਈਨਾਂ ਦੀ ਬਜਾਏ ਜਿਹੜਾ ਹੈ ਰਾਤ ਹੀ ਪੈਟਰੋਲ ਪਵਾ ਲੈਂਦੇ, ਪਰ ਰਾਤ ਤੋਂ ਹੀ ਜਿਹੜੀਆਂ ਹੈ ਲੰਬੀਆਂ ਲੰਬੀਆਂ ਕਤਾਰਾਂ ਪੈਟਰੋਲ ਪੰਪਾਂ 'ਤੇ ਲੱਗੀਆਂ ਹੋਈਆਂ ਨੇ। ਔਰ ਤੁਸੀਂ ਦੇਖ ਰਹੇ ਹੋ ਕਿ ਪੈਟਰੋਲ ਪਵਾਉਣਾ ਹੋ? ਹਾਂਜੀ। ਕਿਆ ਕਿਆ ਕਰਨਾ ਹੈ? ਹਾਂਜੀ, ਕਾਹਦੇ ਪਵਾਉਣਾ ਹੈ? ਉਹ ਕਦੇ ਹੜਤਾਲ ਚੱਲਣੀ ਹੈ ਜੀ। ਹੜਤਾਲ ਚੱਲਦੀ? ਅੱਛਾ, ਪੈਟਰੋਲ ਤੋਂ ਬਗੈਰ ਸਰ ਸਕਦਾ ਕਿ ਨਹੀਂ ਸਰ ਸਕਦਾ? ਨਹੀਂ ਸਰ ਸਕਦਾ ਜੀ। ਜੀ ਜੋ ਕਿ ਪੈਟਰੋਲ ਪੰਪ ਦੇ ਓਨਰ ਨੇ ਉਹ ਵੀ ਮੇਰੇ ਨਾਲ ਖੜੇ ਨੇ। ਸਵੇਰ ਤੋਂ ਹੀ ਲੋਕਾਂ ਦੇ ਇੰਨੇ ਫੋਨ ਆ ਰਹੇ ਨੇ, ਬਾਰ ਬਾਰ ਸਭ ਦੇ ਫੋਨ ਆ ਰਹੇ ਨੇ ਅਤੇ ਸਾਡੇ ਕੋਲ ਤਾਂ ਜਿੰਨਾ ਪੈਟਰੋਲ ਹੈ ਅਸੀਂ ਜਦੋਂ ਤੱਕ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਡਿਸਟ੍ਰੀਬਿਊਟ ਕਰ ਦੇਣਾ। ਇਹ ਬਹੁਤ ਗਲਤ ਹੈ, ਅਤੇ ਸਟ੍ਰਾਈਕ ਜਿਹੜੀ ਹੋਈ ਹੈ ਬਹੁਤ ਗਲਤ ਤਰੀਕੇ ਨਾਲ ਹੋਈ ਹੈ। ਇਸ ਦਾ ਸਟ੍ਰਾਈਕ ਨਹੀਂ ਹੋਣੀ ਚਾਹੀਦੀ, ਮਿਲ ਬੈਠ ਕੇ ਪਹਿਲਾਂ ਗੱਲ ਕਰਨੀ ਚਾਹੀਦੀ ਹੈ। ਤੋ ਲੋਕਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ, ਜ਼ਰੂਰੀ ਵਸਤਾਂ ਨੇ ਜਿਵੇਂ ਕਿ ਆਪਾਂ ਨੂੰ ਖਾਣਾ ਹਰ ਰੋਜ਼ ਚਾਹੀਦਾ, ਉਵੇਂ ਤੇਲ ਵੀ ਹਰ ਰੋਜ਼ ਚਾਹੀਦਾ। ਮੁਸ਼ਕਿਲ ਜੀ, ਤੁਹਾਨੂੰ ਪਤਾ ਸੀਗਾ ਵੀ ਕੀ ਇਹ ਹੜਤਾਲ ਜਿਹੜੀ ਹੈ ਟਰੱਕ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੈ? ਨਹੀਂ, ਹੜਤਾਲ ਤਾਂ ਪਤਾ ਲੱਗ ਗਿਆ ਸੀਗਾ, ਇਹਨਾਂ ਨੇ ਅਲਟੀਮੇਟਮ ਪਹਿਲਾਂ ਦਿੱਤਾ ਸਰਕਾਰ ਨੇ, ਜਦ ਸਰਕਾਰ ਨੇ ਨਹੀਂ ਸੁਣਵਾਈ ਕੀਤੀ ਤਾਂ ਇਹਨਾਂ ਨੇ ਹੜਤਾਲ ਕੀਤੀ ਹੈ। 3 ਤਰੀਕ ਤੱਕ ਇਹ ਸੰਕੇਤਕ ਹੜਤਾਲ ਕਹਿ ਸਕਦੇ ਹਾਂ ਇਹਨੂੰ, ਉਸ ਤੋਂ ਬਾਅਦ ਅਗਲਾ ਫੈਸਲਾ ਲਿੱਤਾ ਜਾਊ। ਮੁਸ਼ਕਿਲ ਜੀ, ਇੱਕ ਹੋਰ ਹੈ, ਮੈਂ ਦੇਖ ਰਿਹਾ ਕਿ ਉਹਦੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ, ਲੋਕ ਪੰਪ ਦੇ ਉੱਪਰ ਪੰਪ ਵਾਲੇ ਮੁਲਾਜ਼ਮਾਂ ਨਾਲ ਬਹਿਸ ਬਸਾਈ ਵੀ ਚੱਲ ਰਹੀ ਹੈ। ਮੈਂ ਹੁਣੇ DSP ਸਾਹਿਬ ਨੂੰ ਫੋਨ ਕਰਕੇ 2 ਮੁਲਾਜ਼ਮ ਮੰਗਾਏ ਨੇ ਤਾਂ ਕਿ ਸਿਸਟਮੈਟਿਕ ਢੰਗ ਨਾਲ ਕੰਮ ਚੱਲਦਾ ਰਹੇ। ਕਿੰਨਾ ਕਿੰਨਾ ਕਮਾਉਂਦੇ ਹੋ? ਕਿੰਨਾ ਕੁ ਸਟੋਕ ਜਿਹੜਾ ਹੈ ਇਸ ਟਾਈਮ ਤੁਹਾਡੇ ਕੋਲ, ਕਿੰਨੇ ਕੁ ਦਿਨ ਦਾ ਸਟੋਕ ਪਿਆ ਸਾਡੇ ਕੋਲ? ਜਿਸ ਹਿਸਾਬ ਨਾਲ ਅੱਜ ਡਿਸਪੈਂਸ ਹੋ ਰਿਹਾ, ਮੈਨੂੰ ਲੱਗਦਾ ਸ਼ਾਮ ਤੱਕ ਖਤਮ ਹੋ ਜਾਣਾ 3। ਸੋ ਮੇਰੇ ਨਾਲ ਸੀ
ਇਸ ਪੈਟਰੋਲ ਪੰਪ ਦੇ ਓਨਰ ਪੁਸ਼ਕਰ ਰਾਜ ਜੀ ਜਿਨ੍ਹਾਂ ਨੇ ਕਿ ਦੱਸਿਆ ਕਿ ਮੇਰੇ ਕੋਲ ਜ਼ਿਆਦਾ ਤੋਂ ਜ਼ਿਆਦਾ ਅੱਜ ਸ਼ਾਮ ਤੱਕ ਦਾ ਜਿਹੜਾ ਪੈਟਰੋਲ ਹੈ, ਜਿਵੇਂ ਲਾਈਨਾਂ ਲੱਗੀਆਂ ਹੋਈਆਂ, ਜੇਕਰ ਪੈਟਰੋਲ ਪੰਪ ਤੋਂ ਪੈਟਰੋਲ ਖਤਮ ਹੁੰਦਾ ਹੈ ਤਾਂ ਆਖਰ ਪੈਟਰੋਲ ਨੂੰ ਪੰਪ ਨੂੰ ਜਿਹੜਾ ਹੈ ਬੰਦ ਕਰਨਾ ਪਊਗਾ। ਇਹ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਸਿਸਟਮ ਦੇ ਨਾਲ ਜਿਹੜਾ ਹੈ ਅਤੇ ਤੇਲ ਮੁਹੱਈਆ ਕਰਾਇਆ ਜਾ ਰਿਹਾ। ਜੇਕਰ ਕੋਈ 1000 ਰੁਪਏ ਦਾ ਪੈਟਰੋਲ ਮੰਗਦਾ ਤਾਂ 500 ਰੁਪਏ ਤੱਕ ਹੀ ਪੈਟਰੋਲ ਪਾਇਆ ਜਾ ਰਿਹਾ। ਲੋਕਾਂ ਨੂੰ ਵੀ ਜਿਹੜੀ ਹੈ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੈਮਰਾਮੈਨ ਰਜੇਸ਼ ਰਾਜਾ ਦੇ ਨਾਲ ਮੈਂ ਰਾਜ ਮੈਨਰੋ ਖੰਨਾ।